ਭਿਆਨਕ ਹਾਦਸੇ ਦੀਆਂ ਤਸਵੀਰਾਂ ਨੇ ਜਿੱਥੇ ਸ਼ਰਾਬ ਦੇ ਨਸ਼ੇ 'ਚ ਅੰਨੇ ਹੋਏ ਸਕਾਰਪੀਓ ਚਾਲਕ ਨੇ ਸਾਹਮਣੇ ਆ ਰਹੀ ਇੱਕ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਟੱਕਰ ਮਾਰ ਕੇ ਉੱਥੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਇਹ ਕਾਰ ਤਾਂ ਰੁਕ ਗਈ ਤੇ ਕਾਰ ਦੇ ਵਿੱਚ ਇੱਕ ਪੂਰਾ ਪਰਿਵਾਰ ਸਵਾਰ ਸੀ। ਪਤੀ ਪਤਨੀ ਦੇ ਨਾਲ ਇੱਕ 3 ਸਾਲ ਦਾ ਮਾਸੂਮ ਬੱਚਾ ਸੀ ਜਿਸ ਦੇ ਸਿਰ 'ਚ ਸੱਟ ਲੱਗੀ ਹੈ ਅਤੇ ਕਾਰ ਚਾਲਕ ਦੀ ਬਾਂਹ ਟੁੱਟ ਗਈ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਹਾਦਸਾ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਸਕਾਰਪੀਓ ਚਾਲਕ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਤੇ ਸਾਹਮਣੇ ਆ ਰਹੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਕੇ ਅੱਗੇ ਨਿਕਲ ਜਾਂਦਾ ਹੈ। ਹਾਲਾਂਕਿ ਸਕਾਰਪੀਓ ਚਾਲਕ ਵੀ ਅੱਗੇ ਜਾ ਕੇ ਰੁਕ ਜਾਂਦਾ ਹੈ ਕਿਉਂਕਿ ਇਸ ਦੇ ਸਕਾਰਪੀਓ ਦੇ ਟਾਇਰ ਹੀ ਲੱਥ ਜਾਂਦੇ ਨੇ। ਬਿਨਾਂ ਟਾਇਰਾਂ ਤੋਂ ਹੀ ਇਹ ਗੱਡੀ ਭਜਾਉਂਦਾ ਹੈ ਅਤੇ ਫਿਰ ਅੱਗੇ ਜਾ ਕੇ ਰੋਕ ਦਿੰਦਾ ਹੈ, ਪਰ ਫਿਰ ਵੀ ਹਾਦਸੇ ਵਾਲੀ ਥਾਂ ਤੇ ਨਹੀਂ ਆਉਂਦਾ ਤੇ ਨਾ ਹੀ ਉਸ ਕਾਰ ਚਾਲਕ ਦਾ ਹਾਲ ਪੁੱਛਦਾ ਹੈ। ਕਾਰ 'ਚ ਸਵਾਰ ਮਹਿਲਾ ਨੇ ਦੱਸਿਆ ਹੈ ਕਿ ਇਸ ਸਕਾਰਪੀਓ ਚਾਲਕ ਨੇ ਖੁਦ ਕਬੂਲ ਕੀਤਾ ਹੈ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਤੇ ਨਸ਼ਾ ਉਸਨੇ ਕੁਝ ਜ਼ਿਆਦਾ ਹੀ ਕਰ ਰੱਖਿਆ ਸੀ, ਜਿਸ ਕਰਕੇ ਉਹਦੇ ਕੋਲੋਂ ਗੱਡੀ ਦਾ ਸੰਤੁਲਨ ਵਿਗੜਿਆ ਤੇ ਉਸਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਗੱਡੀ ਦਾ ਤਾਂ ਨੁਕਸਾਨ ਹੋਇਆ ਹੀ ਹੈ, ਪਰ ਇੱਥੇ ਇੱਕ ਛੋਟੇ ਬੱਚੇ ਨੂੰ ਵੀ ਸੱਟ ਲੱਗੀ ਹੈ ਅਤੇ ਕਾਰ ਚਾਲਕ ਦੀ ਬਾਂਹ ਵੀ ਟੁੱਟ ਗਈ ਹੈ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਤੇਜ਼ ਰਫ਼ਤਾਰ ਸਕਾਰਪੀਓ ਆ ਕੇ ਸਾਹਮਣੇ ਆ ਰਹੀ ਇੱਕ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ। ਸਾਈਡ ਤੋਂ ਟੱਕਰ ਮਾਰਦੀ ਹੋਈ ਸਕਾਰਪੀਓ ਅੱਗੇ ਨਿਕਲ ਜਾਂਦੀ ਹੈ, ਇਸ ਦੇ ਟਾਇਰ ਉਤਰ ਜਾਂਦੇ ਨੇ ਤੇ ਬਿਨਾਂ ਟਾਇਰ ਤੋਂ ਹੀ ਸਕਾਰਪੀਓ ਚਾਲਕ ਗੱਡੀ ਨੂੰ ਭਜਾ ਲੈਂਦਾ ਹੈ। ਹਾਲਾਂਕਿ ਅੱਗੇ ਜਾ ਕੇ ਸਕਾਰਪੀਓ ਚਾਲਕ ਰੁਕ ਜਾਂਦਾ ਹੈ, ਗੱਡੀ 'ਚੋਂ ਬਾਹਰ ਵੀ ਆਉਂਦਾ ਹੈ, ਪਰ ਫਿਰ ਵੀ ਹਾਦਸੇ ਵਾਲੀ ਥਾਂ 'ਤੇ ਨਹੀਂ ਆਉਂਦਾ। ਹਾਦਸਾ ਹੋਇਆ ਦੇਖ ਆਸ ਪਾਸ ਦੇ ਲੋਕ ਉੱਥੇ ਰੁਕਦੇ ਨੇ, ਰਾਹਗੀਰ ਵੀ ਰੁਕਦੇ ਨੇ ਤੇ ਫਿਰ ਰਾਹਗੀਰਾਂ ਦੀ ਮਦਦ ਨਾਲ ਹੀ ਬੱਚੇ ਨੂੰ ਅਤੇ ਕਾਰ ਚਾਲਕ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਹ ਹਾਦਸਾ ਲੁਧਿਆਣਾ ਦੇ 33 ਫੁੱਟ ਰੋਡ ਤੇ ਵਾਪਰਿਆ। ਇਹ ਪਰਿਵਾਰ ਸਾਊਥ ਸਿਟੀ ਤੋਂ ਵਾਪਸ ਆਪਣੇ ਘਰ ਵੱਲ ਜਾ ਰਿਹਾ ਸੀ ਇੱਕ ਫੰਕਸ਼ਨ ਅਟੈਂਡ ਕਰਨ ਤੋਂ ਬਾਅਦ, ਤੇ ਰਾਹ ਦੇ ਵਿੱਚ ਹੀ ਇੱਕ ਸਕਾਰਪੀਓ ਚਾਲਕ ਨੇ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ, ਉਸਨੇ ਗੱਡੀ ਨੂੰ ਸਾਈਡ ਮਾਰ ਦਿੱਤੀ। ਇੰਨੀ ਜ਼ੋਰ ਦੇ ਨਾਲ ਟੱਕਰ ਮਾਰੀ ਕਿ ਗੱਡੀ ਦਾ ਇੱਕ ਹਿੱਸਾ ਹੀ ਚਕਨਾ ਚੂਰ ਹੋ ਗਿਆ। ਕਾਰ 'ਚ ਸਵਾਰ ਔਰਤ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਕਾਰਪੀਓ ਚਾਲਕ ਬੜੀ ਤੇਜ਼ੀ ਦੇ ਨਾਲ ਆ ਰਿਹਾ ਸੀ। ਉਹਨਾਂ ਨੇ ਆਪਣੇ ਵੱਲੋਂ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਫਿਰ ਵੀ ਇੱਕ ਹੋਰ ਅੱਗੇ ਆਲਟੋ ਗੱਡੀ ਜਾਂਦੀ ਨੂੰ ਬਚਾਉਂਦੇ ਹੋਏ ਸਕਾਰਪੀਓ ਨੇ ਉਹਨਾਂ ਦੀ ਗੱਡੀ ਦੇ ਵਿੱਚ ਹੀ ਆਪਣੀ ਸਕਾਰਪੀਓ ਠੋਕ ਦਿੱਤੀ, ਜਿਸ ਤੋਂ ਬਾਅਦ ਅੱਗੇ ਜਾ ਕੇ ਇਹ ਰੁਕ ਗਿਆ ਕਿਉਂਕਿ ਇਸ ਦੇ ਗੱਡੀ ਦੇ ਟਾਇਰ ਲੱਥ ਗਏ ਸਨ। ਬਿਨਾਂ ਟਾਇਰਾਂ ਤੋਂ ਇਹ ਗੱਡੀ ਭਜਾਈ ਜਾ ਰਿਹਾ ਸੀ। ਜਦੋਂ ਲੋਕਾਂ ਦੇ ਵੱਲੋਂ ਸਕਾਰਪੀਓ ਚਾਲਕ ਨੂੰ ਵੀ ਰੋਕਿਆ ਗਿਆ ਅਤੇ ਉਹ ਗੱਡੀ ਤੋਂ ਬਾਹਰ ਨਿਕਲਿਆ ਤਾਂ ਉਸਨੇ ਵੀ ਮੰਨਿਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਤੇ ਨਸ਼ਾ ਕੁਛ ਜ਼ਿਆਦਾ ਹੀ ਕਰ ਰੱਖਿਆ ਉਸਨੇ, ਜਿਸ ਕਰਕੇ ਇਹ ਹਾਦਸਾ ਹੋਇਆ। ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਸਕਾਰਪੀਓ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਐਕਚੁਅਲੀ 2:15 ਕਰੀਬ ਦੇ ਵਿੱਚ ਅਸੀਂ ਉਧਰ ਗਏ ਸੀ ਸਾਊਥ ਸਿਟੀ ਵਾਲੀ ਸਾਈਡ, ਤੇ ਉਧਰੋਂ ਆ ਰਹੇ ਸੀ, ਇੱਕਦਮ ਤੇਜ਼ ਆ ਰਹੀ ਸੀ ਗੱਡੀ। ਪਹਿਲਾਂ ਸਾਡੀ ਗੱਡੀ ਤੋਂ ਅੱਗੇ ਅਲਟੋ ਗੱਡੀ ਸੀ, ਉਹਦੇ 'ਚ ਵੱਜਣ ਲੱਗਾ ਸੀ, ਉਹਨੇ ਆਪਣਾ ਬਚਾਅ ਕਰਕੇ ਇੱਕਦਮ ਸਾਡੀ ਗੱਡੀ 'ਤੇ ਮਾਰੀ। ਸਕਾਰਪੀਓ ਸੀ, ਆਈ ਥਿੰਕ 90-100 ਦੀ ਸਪੀਡ 'ਚ ਸੀ ਵੀਰੇ। ਉਹਨੇ ਨਸ਼ਾ ਕੀਤਾ ਸੀ, ਉਹਨੇ ਆਪ ਵੀ ਕਬੂਲ ਕੀਤਾ ਕਿ ਮੈਂ ਓਵਰਡੋਜ਼ ਨਸ਼ਾ ਕੀਤਾ ਹੋਇਆ ਵਾ, ਮੈਂ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਵਾ। ਉਹ ਸਿੰਗਲ ਸੀ ਵੀਰੇ, ਸਿੰਗਲ ਸੀਗਾ ਸਕਾਰਪੀਓ 'ਚ, ਮੈਂ ਸੀ, ਮੇਰੇ ਹਸਬੈਂਡ ਸੀ, ਬੇਟਾ ਸੀਗਾ ਮੇਰਾ 3.5 ਸਾਲ ਦਾ ਵੀਰੇ। ਬਚਾਅ ਹੋ ਗਿਆ ਰੱਬ ਨੇ ਮਿਹਰਬਾਨੀ। ਉਹਦੇ ਤਾਂ ਲੱਗੇ ਨੇ ਦੂਜੇ ਬੰਦੇ, ਉਹਨਾਂ ਦੇ ਬਾਂਹ 'ਚ ਫੈਕਚਰ ਆਇਆ ਵੀਰੇ, ਤੇ ਮੇਰੇ ਮੁੰਡਾ ਹੈਗਾ ਉਹਦੇ ਸਿਰ 'ਤੇ ਇੱਥੇ ਲੱਗੀ ਹੋਈ, ਅਲਟਰਾਸਾਊਂਡ ਕਰਾਉਣ ਗਏ ਹੋਏ ਨੇ, ਸਕੈਨ ਨਹੀਂ ਉੱਦਾਂ ਹੀ ਹੁਣ ਚੈੱਕਅਪ ਕਰਾਉਣ ਗਏ ਹੋਏ ਨੇ। ਰਾਤੀ ਪੁਲਿਸ ਆਈ ਸੀ ਵੀਰੇ, ਉਹ ਦੇਖ ਕੇ ਗਈ ਹੈ ਮੌਕੇ 'ਤੇ,
ਤੇ ਉਹ ਵੀਡੀਓ ਵਗੈਰਾ ਫੋਟੋ ਫੋਟੋ ਖਿੱਚ ਕੇ ਲੈ ਕੇ ਗਏ। ਉਹ ਮੁੰਡਾ ਤਾਂ ਭੱਜ ਗਿਆ ਸੀ, ਉਹਦੇ ਟਾਇਰ ਉੱਥੇ ਪਏ ਸੀ, ਉਹਦੇ ਵੀਡੀਓ ਹੈਗੀ ਮੇਰੇ ਕੋਲ ਫੋਨ ਦੇ ਵਿੱਚ, ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਉਹਦੇ ਉੱਥੇ ਟਾਇਰ ਪਏ ਸੀ, ਬਿਨਾਂ ਟਾਇਰ ਤੋਂ ਗੱਡੀ ਅੱਗੇ ਜਾ ਕੇ ਰੋਕੀ, ਉਹ ਮੁੰਡਿਆਂ ਨੇ ਉਹਦੇ ਪਿੱਛੇ ਲਾਈ ਗੱਡੀ ਕਿ ਨਹੀਂ ਵੀਰ ਅਸੀਂ ਚੱਲਦੇ ਹਾਂ। ਉਹ ਗੱਡੀ 'ਤੇ ਸਾਡੇ ਅੱਗ ਲੱਗ ਗਈ ਸੀ, ਧੂੰਆਂ ਨਿਕਲਣ ਲੱਗ ਗਿਆ ਸੀ ਪੂਰਾ ਬਕਾਇਦਾ। ਐਕਚੁਲੀ ਸਾਡੀ ਗੱਡੀ ਦੀ ਵੀਡੀਓ ਹੈਗੀ ਆ, ਬਸ ਲੱਗੇ ਦੀ ਬਣਾਈ ਸੀ ਜਿਹੜੀ ਉਹਦੀ, ਹੋਰ ਕੋਈ ਵੀਡੀਓ ਕੱਲਾ ਹੀ ਸੀ ਵੀਰੇ। ਹਾਂਜੀ, ਉਹ ਕਹਿੰਦਾ ਪਿਆ, ਕਹਿੰਦਾ ਮੈਂ ਨਸ਼ਾ ਜ਼ਿਆਦਾ ਕਰ ਲਿਆ ਹੋਇਆ, ਬਹੁਤ ਜ਼ਿਆਦਾ ਨਸ਼ਾ ਓਵਰਡੋਜ਼ ਹੈਗਾ ਮੇਰਾ। ਜੋ ਵੀ ਹੈਗਾ ਗੱਡੀ ਦਾ ਖਰਚਾ ਦੇਣ, ਅਤੇ ਜੇ ਸਾਡੀ ਜਾਨ ਚਲੀ ਜਾਂਦੀ ਕੌਣ ਦਿੰਦਾ, ਬੱਚਾ ਨਾਲ ਸੀਗਾ, ਨਸ਼ਾ ਉਹਨਾਂ ਕਰੋ ਜਿੰਨੀ ਮੇਰੀ ਬੋਡੀ ਅਲਾਊਡ ਕਰਦੀ ਆ। ਨਹੀਂ, ਉਹ ਕਹਿੰਦਾ ਮੈਂ ਚਿੱਟਾ ਪੀਤਾ ਹੋਇਆ, ਚਿੱਟਾ ਅਤੇ ਹੁੱਕੇ ਦੀ ਪਾਈਪ ਉਹਦੇ ਕੋਲ ਸੀਗੀ, ਹੁੱਕੇ ਦੀ ਪਾਈਪ ਉੱਥੇ ਪਈ ਵੀ ਹੋਣੀ ਆਈ ਥਿੰਕ, ਹੁੱਕਾ ਹੁੱਕਾ ਵਗੈਰਾ ਉਹਨੇ, ਹੋਰ ਵੀ ਕੋਈ ਨਸ਼ਾ ਕੀਤਾ ਹੋਵੇ ਸਾਨੂੰ ਨਹੀਂ ਪਤਾ।